পৰম্পৰাগত পদ্ধতিৰে সোণালী ৰঙৰ চিয়াহীৰে সাবত গুৰু শ্ৰী গুৰু গ্ৰন্থ চাহিব লিখি আছে পঞ্জাৱৰ ভতিন্দাৰ ভক্তা ভাইকাৰ বাসিন্দা মন কিৰাত সিঙে, পেছাত গুৰমত সংগীতৰ শিক্ষক। মন কিৰাতৰ জন্ম হিন্দু পৰিয়ালতে হৈছিল। পিছত গুৰু গ্ৰন্থ চাহিবৰ আদৰ্শৰে অনুপ্ৰাণিত হৈ শিখ ধৰ্ম গ্ৰহণ কৰে মন কিৰাতে। ডেৰ বছৰ পূৰ্বে গুৰু গ্ৰন্থ চাহিব লিখাৰ কাম আৰম্ভ কৰিছিল মন কিৰাতে আৰু এতিয়ালৈকে মুঠ 1430 পৃষ্ঠাৰ ভিতৰত প্ৰায় 270 পৃষ্ঠা লিখিছে। বিচাৰ মন দে বিচ আউণ দা কাৰণ তে সতগুৰু দি গ্ৰহমতি হে, কিউকি জো বিচাৰ মন দে বিচ ফুৰনে যা কিছে তৰা দা ভি কোই বিচাৰ হুন্দে, কিছে দে কিছে তৰা দা ফুৰনা হুন্দে, কিছে দে কিছে সতগুৰু দি ৰহমত তো বিনা চংগে বিচাৰ মন দে বিচ নহি আ সকদে। এই সেৱাৰ বাবে তেওঁ জয়পুৰৰ পৰা হেডৱৰ্ক পেপাৰ আৰু প্ৰাচীন পদ্ধতিৰে সোণালী ৰঙৰ চিয়াহী তৈয়াৰ কৰিবলৈ বিভিন্ন ৰাজ্যৰ পৰা বহু সামগ্ৰী আনিছিল। কাগজ আপুনি পুৰাতন জয়পুৰ বনদা যা কাশ্মীৰ বনদা হোৰ কিতে ভি বনদা হ'বগা মেৰে ধ্যান দে বিচ নহি, ਅਤੇ ਤਾਂ ਕਰਕੇ ਫਿਰ ਉਹ ਸਾਰੀ ਚੀਜ਼ਾਂ ਮੈਨੂੰ ਉੱਥੇ ਜਾ ਕੇ ਲੈ ਕੇ ਆਉਣੀਆਂ ਪੈਂਦੀਆਂ। ਲੱਭਣ ਲੱਗੇ ਜਦੋਂ ਲੱਭਣਾ ਸੀ ਬੜਾ ਮੁਸ਼ਕਿਲ ਹੋਇਆ, ਬੜੇ ਔਖ ਨਾਲ ਲੱਭਿਆ। ਦਿੱਕਤਾਂ ਜਾਂ ਸਮਾਨ ਮੰਗਾਉਣ ਦੀ, ਬਾਹਰੋਂ ਅੰਦਰੋਂ ਮੰਗਾਉਣਾ, ਜਿਵੇਂ ਸਮਾਨ ਉਹ ਮਿਲਦਾ ਨਹੀਂ ਇੱਥੋਂ, ਉਹਨੂੰ ਮੰਗਾਉਣਾ ਔਖਾ ਹੋ ਜਾਂਦਾ। ਅਤੇ ਸਤਿਗੁਰੂ ਕਿਰਪਾ ਕਰਦੇ ਨੇ, ਚਲੋ ਉਹ ਵੀ ਸਹਿਯੋਗ ਦੇ ਨਾਲ, ਸੰਗਤ ਦੇ ਸਹਿਯੋਗ ਦੇ ਨਾਲ ਹੋ ਜਾਂਦਾ ਉਹ ਵੀ। ਪ੍ਰਾਚੀਨ ਪੱਧਤੀ ਦੇ ਸੋਨਾਲੀ ਰੰਗ ਸਿਆਹੀ ਪ੍ਰਸਤੁਤ ਕਰਨ ਵਿਖੇ ਬਹੁ ਕਥਾ ਜਾਣੀ ਸੀ ਮਨ ਕਿਰਤ ਸਿੰਘ। ਉਹਦੇ ਵਿੱਚ ਇੱਕ ਰੱਤੀ ਸੋਨਾ ਮਿਲ ਪੈਂਦਾ ਜੀ, ਜਿਹਨੂੰ ਸੌ ਮਿਲੀ ਕਹਿ ਦਿੰਦੇ ਨੇ। ਉਹਦੇ ਵਿੱਚ ਸੋਟੇ ਦੇ ਵਿੱਚ ਲਗਾ ਕੇ ਆਪ ਜੀ ਨੂੰ ਦਿਖਾਇਆ ਵੀ ਮੈਂ ਵੀ ਉਹ ਸੋਟੇ ਦੇ ਵਿੱਚ ਲਗਾ ਕੇ ਉਹਨੂੰ 20 ਦਿਨ ਰਗੜਦੇ, ਉਹਦੇ ਵਿੱਚ ਸੋਨਾ ਮਿਲ ਜਾਂਦਾ ਪਿਓਰ 24 ਕੈਰੇਟ ਦਾ। ਅਤੇ ਤਾਂ ਕਰਕੇ ਇਹਨੂੰ ਸੰਗਤ ਜਾਂ ਸਾਰੇ ਜੋ ਵੀ ਵੀਰ ਨੇ ਉਹ ਇਹਨੂੰ ਸੋਨੇ ਦੀ ਸ਼ਾਹੀ ਕਹਿ ਦਿੰਦੇ ਨੇ। ਸੋਨੇ ਦੀ ਸ਼ਾਹੀ ਤਾਂ ਸੋਨਾ ਅਸੀਂ ਤਾਂ ਕਰਕੇ ਪਾਉਂਦੇ ਵੀ ਇਹਦੇ ਅੱਖਰ ਉੱਭਰਨ ਲੱਗ ਜਾਣ ਘੱਟ ਚਾਨਣ ਦੇ ਵਿੱਚ। ਅਤੇ ਬਾਕੀ ਸਾਰੀਆਂ ਜਿਵੇਂ ਬੋਲ ਹੈ, ਬੋਲ ਤਾਂ ਕਰਕੇ ਪਾਇਆ ਜਾਂਦਾ ਵੀ ਇਹਨੂੰ ਬੰਨਣ ਦੇ ਵਿੱਚ ਲਿਆ ਜਾਵੇ, ਵੀ ਇਹ ਫੈਲੇ ਨਾ ਸ਼ਾਹੀ, ਇਸ ਤਰ੍ਹਾਂ ਪਾਣੀ ਦੇ ਵਿੱਚ ਨਾ ਫੈਲੇ ਜਾਂ ਜਿਸ ਤਰ੍ਹਾਂ ਵੱਧ ਡਿੱਗ ਪਈ ਕਾਗਜ਼ ਦੇ ਉੱਤੇ ਤਾਂ ਨਾ ਫੈਲ ਜਾਵੇ, ਜਿਸ ਤਰ੍ਹਾਂ ਆਮ ਸ਼ਾਹੀਆਂ ਨੇ ਜਿਹੜੀਆਂ ਉਹ ਫੈਲ ਜਾਂਦੀਆਂ ਨੇ। ਇੱਦਾਂ ਮਨ ਕਿਰਾਤੇ ਜਨਵਾ ਮਤੇ ਤਾਂ ਦੈਨਿਕ 2-3 ਘੰਟਾ ਸਮਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਪੀਬੱਧ ਕਰੇ। ਆਹ 5-6 ਬਸਰਾਂ ਭਿਤਰਤ ਤਾਂ ਇਹ ਕੰਮ ਸੰਪੂਰਨ ਕਰਿਬ ਬੋਲੀ ਜਾਣੀ ਬੋਲੀ ਦਿਸੇ। 5-6 ਲੱਖ ਰੁਪਈਆ ਤਾਂ ਗਰੀਬ ਲੱਗ ਚੁੱਕਿਆ, ਇਹਦੂ ਬਾਅਦ ਵੀ ਮੈਂ ਕਹਿੰਦਾ ਵੀ ਇੱਥੇ 30-35 ਲੱਖ ਰੁਪਈਆ 30 ਲੱਖ ਰੁਪਈਆ ਹੋਰ ਲੱਗ ਜਾਏਗਾ। ਕਿਉਂਕਿ ਉਹ ਕਾਰਨ ਇਹ ਹੈ ਵੀ ਜੇ ਆਪਾਂ ਸਰੂਪ ਦੇ ਉੱਤੇ ਜਲਤਬੰਦੀ ਕਰਕੇ, ਸੋਨੇ ਦੀ ਸਾਰੀ ਜਲਤਬੰਦੀ ਕਰਕੇ ਸਾਰਾ ਕੁਛ ਦੇਖੀਏ ਤਾਂ ਮੇਰੇ ਅਨੁਮਾਨ ਦੇ ਨਾਲ ਘੱਟ ਵੀ ਸਕਦਾ, ਵੱਧ ਵੀ ਸਕਦਾ, ਵੀ ਮੇਰੇ ਅਨੁਮਾਨ ਦੇ ਨਾਲ 30-35 ਲੱਖ ਰੁਪਈਆ ਸਾਰੇ ਦਾ ਸਾਰਾ ਟੋਟਲੀ ਖਰਚਾ ਆ ਜਾਏਗਾ। ਮਨ ਕਿਰਾਤੇ ਕੁਆ ਮਤੇ ਤਾਂ ਇਹ ਕੰਮਰ ਬਾਬੇ ਰਾਇਜਰ ਪਰ ਯਥੇਸ਼ਟ ਸਮਰਥਨ ਲਾਭ ਕਰਿਛੇ। কোভিডৰ বাবে তেওঁ শিক্ষকৰ চাকৰি হেৰুৱাইছে আৰু এতিয়া তেওঁ কিতাপ সংগ্ৰহক হিচাপে কাম কৰি জীৱিকা নিৰ্বাহ কৰি আছে। গুৰু নানক দে ঘৰে হিন্দু মুছলিম সিখ ঈসাই সাৰে দে সাৰে এক নে, কিয়নি গুৰবাণী দে বিচ বাবা ফৰীদ জী দেৱী শ্লোক নে, স্বামী ৰামানন্দ জী দেৱী নে, জলাহে দেৱী নে, যিনো আপা বাবা কবীৰ জী কেনে নে, জলাহা উহনাঁ নু কেহ কেন্দে নে আম তৌৰ তে, পৰ আপনে লৈ তা উহ মহাপুৰুষ নে। ਗੁਰਬਾਣੀ ਨੇ ਏਕਤਾ ਦਾ ਪ੍ਰਤੀਕ ਇੱਦਾਂ ਦਿੱਤਾ ਵੀ ਸਾਡੇ ਸਮਾਜ ਵੀ ਜੇ ਗੁਰਸਿੱਖੀ ਨੂੰ ਮੰਨ ਜਾਵੇ, ਅਸਲ ਗੁਰਸਿੱਖੀ ਨੂੰ, ਤਾਂ ਅਸੀਂ ਸਾਰੇ ਦੇ ਸਾਰੇ ਇੱਕ ਹੋ ਸਕਦੇ ਹਾਂ, ਸਾਡੇ ਸਾਰੇ ਝਗੜੇ ਮਿਟ ਸਕਦੇ ਨੇ। ਦਰਿਦ੍ਰਤਾ ਬਹੁਤ ਦੁੱਖ ਕਸ਼ਟ ਥਕਾ ਸੱਤਿਓ ਗੁਰੂਰ ਸੇਵਾ ਨਿਜਕ ਸਮਰਪਿਤ ਕਰਾ ਮਨ ਕਿਰਤ ਸਿੰਘ ਵਿਸ਼ਵਾਸ ਕਰੇ ਜੇ ਆਗੰਤੁਕ ਪ੍ਰਜਨਮਕ ਤੇਲੋਕਰ ਐਤਿਹ্য আৰু গুৰুৰ বিষয়ে জনোৱা উচিত, যাতে তেওঁলোকে নিজৰ হিপাৰ সৈতে সংযুক্ত থাকিব পাৰে। ব্যুৰো ৰিপৰ্ট, ইটিভি ভাৰত অসম। To watch 24/7 News Live, download ETV Bharat app.